ਹੇ ਐਵਰੀਵਨ, ਦਿਸ ਇਜ਼ ਜੋਤ ਕੌਰ ਐਂਡ ਯੂ ਵਾਚਿੰਗ ਮਾਈ ਚੈਨਲ ਬਲੌਗਸ ਵਿਦ ਜੇ ਕੌਰ। ਸੋ ਹੁਣ ਅਸੀਂ ਹੋ ਗਏ ਹਾਂ ਰੈਡੀ, ਮਨਾਲੀ ਅਸੀਂ ਰੁਕੇ ਸੀ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਹੀ ਆ, ਅਤੇ ਹੁਣ ਅਸੀਂ ਰੈਡੀ ਹੋ ਚੁੱਕੇ ਹਾਂ, ਮਨਾਲੀ ਤੋਂ ਜਾਵਾਂਗੇ। ਦੇਖਦੇ ਹਾਂ ਕਿ ਅਸੀਂ ਕਿੱਧਰ ਜਾਵਾਂਗੇ। ਸੋ ਸਾਡੇ ਬਲੌਗ ਦੇ ਨਾਲ ਬਣੇ ਰਹੋ। ਸੋ ਗਾਈਸ, ਜਿਹੜੇ ਹੋਟਲ ਦੇ ਵਿੱਚ ਅਸੀਂ ਰੁਕੇ ਸੀਗੇ ਉਹ ਹੋਟਲ ਬਹੁਤ ਹੀ ਜ਼ਿਆਦਾ ਵਧੀਆ ਸੀ, ਔਰ ਉੱਥੋਂ ਦਾ ਵਿਊ ਬਹੁਤ ਹੀ ਜ਼ਿਆਦਾ ਵਧੀਆ ਸੀ। ਇੱਕ ਤਰਫ ਜਿਹੜੀਆਂ ਆ ਪਹਾੜੀ ਪੂਰੀ ਤੋਂ ਦਿਖਦੀ ਪਈ ਸੀ, ਔਰ ਬਰਫ਼ ਵੀ ਪਹਾੜੀਆਂ ਦੇ ਉੱਤੇ ਪਈ ਹੋਈ ਸੀ। ਸੋ ਇਹ ਵਾਲਾ ਜਿਹੜਾ ਵਿਊ ਹੈ ਬਹੁਤ ਜ਼ਿਆਦਾ ਵਧੀਆ ਸੀਗਾ ਸਾਡੇ ਰੂਮ ਤੋਂ ਦਿਸਦਾ। ਸੋ ਫਾਈਨਲੀ ਨਾਓ ਵੀ ਆਰ ਗੋਇੰਗ ਟੂ ਸੋਲਾਂਗ ਵੈਲੀ। ਸੋਲਾਂਗ ਵੈਲੀ ਜਾ ਰਹੇ ਹਾਂ ਅਸੀਂ। ਸੋਲਾਂਗ ਵੈਲੀ ਜਾਂਦਿਆਂ ਨੂੰ ਰਸਤਾ ਬਹੁਤ ਜ਼ਿਆਦਾ ਟੁੱਟਿਆ ਹੋਇਆ ਹੈ, ਕਿਉਂਕਿ ਜਦੋਂ ਪਾਣੀ ਆ ਗਿਆ ਸੀਗਾ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਮਨਾਲੀ ਦੇ ਵਿੱਚ। ਸੋ ਰਸਤਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਦੇਖੋ ਕਿੰਨਾ ਜ਼ਿਆਦਾ ਟੁੱਟਿਆ ਹੋਇਆ ਹੈ। ਅਤੇ ਹੁਣ ਅਸੀਂ ਕੋਈ ਐਕਟੀਵਿਟੀ ਵੀ ਕਰਾਂਗੇ ਅੱਗੇ ਜਾ ਕੇ, ਦੇਖਦੇ ਹਾਂ ਕਿਹੜੀ ਕਿਹੜੀ ਐਕਟੀਵਿਟੀਜ਼ ਹੈਗੀਆਂ ਵਾ। ਮੈਂ ਹੁਣ ਕਰਨ ਲੱਗੀ ਹਾਂ ਆਪਣੀ ਫਸਟ ਐਕਟੀਵਿਟੀ। ਸੋ ਸੋਲਾਂਗ ਵੈਲੀ ਜਾਂਦਿਆਂ ਨੂੰ ਇੱਥੇ ਐਕਟੀਵਿਟੀਜ਼ ਹੁੰਦੀਆਂ ਆ, ਔਰ ਇੱਥੇ ਕਾਊਂਟਰ ਨੰਬਰ ਸਾਰਾ ਕੁਝ ਲਿਖਿਆ ਹੋਇਆ ਆ। ਅਤੇ ਜਿਹੜੀ ਐਕਟੀਵਿਟੀ ਕਰਨ ਲੱਗੇ ਹਾਂ ਇਹ ਮੈਂ ਅਤੇ ਮੇਰੇ ਹਸਬੈਂਡ ਕਰਨ ਲੱਗੇ ਹਾਂ ਦੋਨੋਂ, ਜਿਪ ਲਾਈਨ। ਮਨਾਲੀ ਦੇ ਵਿੱਚ ਜਿਪ ਲਾਈਨ ਵੀ ਹੁੰਦੀ ਆ, ਸੋ ਮੈਂ ਪਹਿਲੀ ਵਾਰੀ ਜਿਪ ਲਾਈਨ ਕਰਨ ਲੱਗੀ ਹਾਂ, ਮੇਰਾ ਇਹ ਫਸਟ ਐਕਸਪੀਰੀਅੰਸ ਆ। ਡਰ ਵੀ ਲੱਗਦਾ ਆ, ਬਾਕੀ ਐਕਸਾਈਟਡ ਵੀ ਆ ਥੋੜ੍ਹੀ ਜਿਹੀ ਕਿ ਦੇਖੋ ਕਿੱਦਾਂ ਦਾ ਹੁੰਦਾ ਆ। ਸੋ ਅਸੀਂ ਇੱਕ ਦੂਜੇ ਦਾ ਹੱਥ ਫੜ ਕੇ ਇਸ ਜਿਪ ਲਾਈਨ ਦਾ ਨਜ਼ਾਰਾ ਲੈ ਰਹੇ ਹਾਂ। ਵੈਸੇ ਤਾਂ ਇਹ ਫੀਲਿੰਗ ਬਹੁਤ ਹੀ ਜ਼ਿਆਦਾ ਵਧੀਆ ਆ, ਅਸੀਂ ਨਾਲ ਨਾਲ ਕਰਾਊਡ ਵੀ ਪਾ ਰਹੇ ਹਾਂ। ਮੇਰਾ ਜਿਪ ਲਾਈਨ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਆ, ਕਿਉਂਕਿ ਮੇਰਾ ਫਸਟ ਐਕਸਪੀਰੀਅੰਸ ਸੀ। ਮੇਰੇ ਹਸਬੈਂਡ ਇੱਥੇ ਆਉਂਦੇ ਹੀ ਰਹਿੰਦੇ ਨੇ ਮਨਾਲੀ ਦੇ ਵਿੱਚ, ਕਿਉਂਕਿ ਸਾਡਾ ਆਪਣਾ ਟੂਰ ਐਂਡ ਟਰੈਵਲ ਦਾ ਕੰਮ ਵੀ ਹੈ। ਸੋ ਅਗਰ ਕਿਸੇ ਨੇ ਵੀ ਸਾਡੇ ਤੋਂ ਬੁਕਿੰਗ ਕਰਾਉਣੀ ਹੋਵੇ ਜਾਂ ਫਿਰ ਕਿਤੇ ਵੀ ਜਾਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ। ਜਿਨ੍ਹਾਂ ਨੇ ਵੀ ਜਿਪ ਲਾਈਨ ਕੀਤੀ ਆ ਮਨਾਲੀ ਦੇ ਵਿੱਚ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਉਹਨਾਂ ਨੂੰ ਕਿੱਦਾਂ ਦੀ ਲੱਗੀ ਸੀਗੀ। ਸੋ ਹੁਣ ਅਸੀਂ ਚੱਲਾਂਗੇ ਸੋਲਾਂਗ ਵੈਲੀ ਦੀ ਓਰ। ਜਿਪ ਲਾਈਨ ਦੀ ਟਿਕਟ ਦਾ ਪ੍ਰਾਈਸ 300 ਤੋਂ 400 ਦੇ ਵਿਚਕਾਰ ਹੈ। ਅਸੀਂ ਪਹੁੰਚ ਚੁੱਕੇ ਹਾਂ ਸੋਲਾਂਗ ਵੈਲੀ। ਸੋ ਇੱਥੇ ਅਸੀਂ ਖਾਧੀ ਆ ਮੈਗੀ ਖਾਧੀ ਆ, ਔਰ ਮੋਮੋਸ ਖਾ ਕੇ ਹਟੇ ਹਾਂ, ਕਿਉਂਕਿ ਮਨਾਲੀ ਦੇ ਵਿੱਚ ਮੈਗੀ ਔਰ ਮੋਮੋਸ ਸਭ ਤੋਂ ਜ਼ਿਆਦਾ ਫੇਮਸ ਹੈ, ਇਹ ਤਾਂ ਹਰ ਕੋਈ ਆ ਕੇ ਇੱਥੇ ਖਾਂਦਾ ਹੀ ਖਾਂਦਾ ਹੈ। ਸੋ ਅਸੀਂ ਵੀ ਮੈਗੀ ਮੋਮੋਸ ਖਾ ਲਏ ਆ, ਔਰ ਵੈਦਰ ਜਿਹੜਾ ਇੱਥੇ ਫਿਲਹਾਲ ਸਨੋਫੋਲ ਤਾਂ ਨਹੀਂ ਹੋ ਰਹੀ, ਲੇਕਿਨ ਵੈਸੇ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਆ, ਠੰਡਾ ਮੌਸਮ ਆ, ਐਦਾਂ ਨਹੀਂ ਹੈ ਕਿ ਇੱਥੇ ਗਰਮੀ ਆ। ਸੋ ਇਸ ਤੋਂ ਬਾਅਦ ਥੋੜ੍ਹਾ ਜਿਹਾ ਅਸੀਂ ਫੋਟੋ ਸ਼ੂਟ ਵੀ ਕਰ ਲਿਆ, ਮੈਂ ਔਰ ਮੇਰੀ ਸਿਸਟਰ ਨੇ, ਔਰ ਸਾਰਿਆਂ ਨੇ ਅਸੀਂ ਆਪਣੀਆਂ ਵੀਡੀਓਜ਼ ਬਣਾ ਲਈਆਂ। ਔਰ ਸੋਲਾਂਗ ਵੈਲੀ ਵਧੀਆ ਆ, ਲੇਕਿਨ ਜੇ ਤੁਸੀਂ ਸਨੋਫਾਲ ਦੇਖਣੀ ਆ ਤਾਂ ਉਹ ਤੁਹਾਨੂੰ ਰੋਹਤਾਂਗ ਜਾਣਾ ਪੈਣਾ ਹੈ। ਸੋ ਇਹ ਜੀ ਹੈ ਇੱਕ ਲੇਡੀ ਸੀਗੇ ਇੱਥੇ, ਇਹ ਬਣਾ ਰਹੇ ਸੀਗੇ ਕੁਛ ਜਾਨਵਰਾਂ ਦੇ ਕੁਛ ਬਾਲਾਂ ਦਾ ਸੀਗਾ, ਅਤੇ ਇਹ ਬਣਾ ਰਹੇ ਆ। ਇਹਦੇ ਬਾਰੇ ਮੈਨੂੰ ਨੌਲੇਜ ਤਾਂ ਨਹੀਂ ਹੈ ਜ਼ਿਆਦਾ, ਲੇਕਿਨ ਪਤਾ ਨਹੀਂ ਇਹ ਕੁਛ ਬਣਾ ਰਹੇ ਸੀਗੇ ਇੱਥੇ ਬੈਠ ਕੇ। ਅਸੀਂ ਪੂਰੀ ਫੈਮਿਲੀ ਨੇ ਇਸ ਟ੍ਰਿਪ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ, ਮਨਾਲੀ ਸੋਲਾਂਗ ਵੈਲੀ ਬਹੁਤ ਜ਼ਿਆਦਾ ਇੰਜੋਏ ਕੀਤਾ ਹੈ ਅਸੀਂ। ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਹੈਗੀਆਂ ਨੇ ਐਕਸਪਲੋਰ ਕਰਨ ਲਈ, ਇੱਥੇ ਰਾਈਡਸ ਵੀ ਮਿਲਦੀਆਂ ਆ। ਆਹ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਦੀਆਂ ਰਾਈਡਸ ਵੀ ਹੈਗੀਆਂ ਆ, ਸੋ ਤੁਸੀਂ ਰਾਈਡਸ ਦਾ ਵੀ ਨਜ਼ਾਰਾ ਲੈ ਸਕਦੇ ਹੋ। ਅਸੀਂ ਤਾਂ ਜਿਪ ਲਾਈਨ ਕਰ ਲਈ ਸੀ, ਲੇਕਿਨ ਮੇਰੇ ਬ੍ਰਦਰ ਔਰ ਮੇਰੇ ਸਿਸਟਰ ਨੇ ਵੀ ਜਿਪ ਲਾਈਨ ਕਰਨੀ ਸੀ, ਸੋ ਅਸੀਂ ਉਹਨਾਂ ਨੂੰ ਵੀ ਇਹ ਜਿਪ ਲਾਈਨ ਕਰਵਾ ਦਿੱਤੀ ਹੈ।
ਸੋ ਮੈਂ ਆਈ ਡੀ ਤੁਹਾਨੂੰ ਮੈਨਸ਼ਨ ਕਰ ਦੂੰਗੀ ਅਤੇ ਤੁਸੀਂ ਮੇਰੇ ਹਸਬੈਂਡ ਨਾਲ ਵੀ ਕੋਂਟੈਕਟ ਕਰ ਸਕਦੇ ਹੋ ਜੇ ਤੁਸੀਂ ਆਪਣਾ ਟੂਰ ਪੈਕੇਜ ਬੁੱਕ ਕਰਵਾਉਣਾ ਆ ਤਾਂ ਮੈਂ ਤੁਹਾਨੂੰ ਆਈ ਡੀ ਮੈਨਸ਼ਨ ਕਰ ਦੂੰਗੀ ਵੀਡੀਓ ਦੇ ਵਿੱਚ। ਸੋ ਜਿਹਨੇ ਵੀ ਆਉਣਾ ਆ ਉਹ ਇਸ ਟ੍ਰਿਪ ਨੂੰ ਜ਼ਰੂਰ ਇੰਜੋਏ ਕਰੇ, ਆਪਣੀ ਪੂਰੇ ਇਸ ਟੂਰ ਨੂੰ ਪੂਰੀ ਫੀਲਿੰਗ ਨਾਲ ਇੰਜੋਏ ਕਰਕੇ ਜਾਵੇ। ਹੁਣ ਅਸੀਂ ਇਸ ਤੋਂ ਬਾਅਦ ਜਾਵਾਂਗੇ ਵਸ਼ਿਸ਼ਟ ਟੈਂਪਲ ਜੋ ਕਿ ਮਨਾਲੀ ਦੇ ਵਿੱਚ ਹੀ ਹੈ। ਮਨਾਲੀ ਤੋਂ ਵਸ਼ਿਸ਼ਟ ਟੈਂਪਲ ਦਾ ਡਿਸਟੈਂਸ 3 ਕਿਲੋਮੀਟਰ ਦਾ ਆ ਔਰ ਇਹ ਮੰਦਰ ਵੀ ਬਹੁਤ ਜ਼ਿਆਦਾ ਵਧੀਆ ਆ। ਤੁਸੀਂ ਇਸ ਮੰਦਰ ਦੇ ਵਿੱਚ ਵੀ ਆ ਸਕਦੇ ਹੋ, ਵਸ਼ਿਸ਼ ਟੈਂਪਲ ਇੱਥੇ ਵੀ ਘੁੰਮਣ ਲਈ ਆ ਸਕਦੇ ਹੋ। ਇੱਥੇ ਬਾਜ਼ਾਰ ਵੀ ਬਹੁਤ ਜ਼ਿਆਦਾ ਵਧੀਆ ਆ ਔਰ ਚੀਜ਼ਾਂ ਵੀ ਕਾਫੀ ਮਿਲ ਜਾਂਦੀਆਂ ਆ। ਰੋਡ ਇੱਥੇ ਦਾ ਸਿੰਗਲ ਆ ਸੋ ਟ੍ਰੈਫਿਕ ਥੋੜ੍ਹਾ ਥੋੜ੍ਹਾ ਲੱਗਾ ਹੀ ਰਹਿੰਦਾ ਆ। Temple, you can see अभी जो है हम पैदल जा रहे हैं। सो मैं दिखा दी हूँ आपको बाजार वशिष्ठ टेम्पल। बहुत ही ज़्यादा ऊँचाई की है, बाजार बहुत ज़्यादा सोहना है, देख सकते हो ज्वेलरी अब बहुत सोहनी होंगी ना ज्वेलरी। ਓਰੀਜਨਲ ਸਟੋਨ ਨਹੀਂ ਹੁੰਦੀ ਇਹ, ਓਰੀਜਨਲ ਸਟੋਨ ਹੁੰਦਾ। ਆਹ ਦੇ ਕਿੰਨਾ ਅੰਦਰ ਲੈ ਕੇ ਚੱਲਾਂਗੇ ਨਾ। ਮਕਲੋੜਗੰਜ ਵੀ ਸੀਗੀ ਉਸ ਦਿਨ। ਹੁਣ ਆਪਾਂ ਚੱਲਦੇ ਹਾਂ ਮੰਦਿਰ ਦੇ ਅੰਦਰ। ਵਸ਼ਿਸ਼ ਟੈਂਪਲ ਕਾਫੀ ਜ਼ਿਆਦਾ ਉਚਾਈ 'ਤੇ ਹੈ ਮੰਦਿਰ ਔਰ ਮੰਦਿਰ ਕਾਫੀ ਪੁਰਾਣਾ ਵੀ ਬਣਿਆ ਹੋਇਆ ਹੈ। ਥੋੜ੍ਹੀ ਥੋੜ੍ਹੀ ਬਾਰਿਸ਼ ਇੱਥੇ ਵੀ ਹੋਣ ਲੱਗ ਗਈ ਸੀ ਕਿਉਂਕਿ ਮਨਾਲੀ ਦੇ ਵਿੱਚ ਬਾਰਿਸ਼ ਕਦੇ ਵੀ ਆ ਸਕਦੀ ਹੈ, ਕਿਸੇ ਵੀ ਟਾਈਮ ਆ ਸਕਦੀ ਹੈ, ਕੋਈ ਵੀ ਫਿਕਸ ਟਾਈਮ ਨਹੀਂ ਹੈ ਬਾਰਿਸ਼ ਦਾ। ਐਨੀ ਟਾਈਮ ਜਿਹੜੀ ਹੈ ਬਾਰਿਸ਼ ਇੱਥੇ ਹੋ ਜਾਂਦੀ ਆ ਔਰ ਰੋਹਤਾਂਗ ਤਾਂ ਫਿਰ ਸਨੋਫੋਲ ਵੀ ਹੁੰਦੀ ਹੈ, ਲੇਕਿਨ ਫਿਲਹਾਲ ਜਿਹੜੇ ਹਜੇ ਦਿਨ ਚੱਲ ਰਹੇ ਨੇ ਉਹ ਇੱਥੇ ਹਜੇ ਸਨੋਫੋਲ ਦੇ ਨਹੀਂ ਨੇ, ਲੇਕਿਨ ਬਾਰਿਸ਼ ਇੱਕਦਮ ਸ਼ੁਰੂ ਹੋ ਜਾਂਦੀ ਆ ਔਰ ਇੱਕਦਮ ਬੰਦ ਹੋ ਜਾਂਦੀ ਆ। ਸੋ ਕਰੋ ਤੁਸੀਂ ਵੀ ਦਰਸ਼ਨ ਵਸ਼ਿਸ਼ ਟੈਂਪਲ ਦੇ। ਅਲਾਊਡ ਨਹੀਂ ਹੁੰਦਾ ਕੈਮਰਾ, ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਜਿੰਨਾ ਕੁ ਵੀ ਕੈਪਚਰ ਹੋ ਚੁੱਕਾ ਔਰ ਮੈਂ ਤੁਹਾਨੂੰ ਦਿਖਾ ਦਿੱਤਾ ਵਾ।